ਔਰੰਗਜ਼ੇਬ ਦੀ ਗੱਲ ਤੋਂ ਮੈਨੂੰ ਗੱਲ ਚੇਤੇ ਆ ਗਈ ਵੀ ਔਰੰਗਜ਼ੇਬ ਨੇ ਕਿਹਾ ਵਿਦਵਾਨ ਆਪਣੀ ਕੌਮ ਚ ਲਿਆਓ ਤਾਂ ਸਾਡੀ ਕੌਮ ਦਾ ਪ੍ਰਚਾਰ ਹੋਣਾ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੇ ਵੱਡੇ ਵਿਦਵਾਨ ਸੀ, ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਈ ਨੰਦ ਲਾਲ ਜੀ ਬਾਹਰ ਹੋ ਗਏ, ਕਹਿੰਦੇ ਨੇ ਐਸਾ ਨਹੀਂ ਹੋ ਸਕਦਾ। ਭਾਈ ਨੰਦ ਲਾਲ ਜੀ ਉੱਥੋਂ ਪਹੁੰਚੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਪਹਿਲਾਂ ਵੀ ਜ਼ਿੰਦਗੀ 'ਚ ਇੱਕ ਵਾਰੀ ਭਾਈ ਨੰਦ ਲਾਲ ਜੀ ਮਿਲੇ ਸੀ ਕਲਗੀਆਂ ਵਾਲੇ ਨੂੰ। ਅੱਜ ਜਦੋਂ ਜਾ ਕੇ ਮਿਲੇ ਨਾ ਤੇ ਭਾਈ ਨੰਦ ਲਾਲ ਜੀ ਨੇ ਹੱਥ ਜੋੜ ਕੇ ਕਿਹਾ ਸੱਚਿਆ ਪਾਤਸ਼ਾਹ ਹੁਣ ਪੱਕੇ ਤੌਰ 'ਤੇ ਤੇਰੇ ਚਰਨਾਂ 'ਚ ਆਇਆ, ਸਾਰੀ ਗੱਲਬਾਤ ਦੱਸੀ ਤੇ ਮਾਲਕ ਨੇ ਕਿਹਾ ਜਿਸ ਜਗ੍ਹਾ 'ਤੇ ਆ ਗਿਆ ਨਾ ਇਸ ਜਗ੍ਹਾ 'ਤੇ ਕੋਈ ਤੇਰੇ ਵੱਲ ਵੇਖ ਨਹੀਂ ਸਕੇਗਾ, ਉਂਗਲ ਨਹੀਂ ਕਰ ਸਕੇਗਾ ਤੇਰੇ ਵੱਲ। ਆਖੋ ਸਤਨਾਮ। ਇੰਨੇ ਵੱਡੇ ਆਲਮ ਫਾਜ਼ਲ ਇਨਸਾਨ ਭਾਈ ਸਾਹਿਬ ਭਾਈ ਨੰਦ ਲਾਲ ਜਿਨ੍ਹਾਂ ਦੇ ਨਾ ਵਾਕਈ ਜੱਜ ਸਾਹਮਣੇ ਹੋਣ ਤੇ ਦਿਲ ਕਰੇ ਵੀ ਉਹਨਾਂ ਦੇ ਪੈਰ ਧੋ ਧੋ ਕੇ ਪੀਏ, ਇੰਨੇ ਵਿਦਵਾਨ ਸੱਜਣ। ਤੇ ਭਾਈ ਨੰਦ ਲਾਲ ਜੀ ਨੇ ਸੇਵਾ ਪਤਾ ਕਾਹਦੀ ਲਈ? ਜੂਠੇ ਬਰਤਨ ਸਾਫ਼ ਕਰਨ ਦੀ। ਤੇ ਸਵਾਹ ਦੇ ਨਾਲ ਉਹਨਾਂ ਦੀਆਂ ਅਰਕਾਂ ਤੱਕ ਬਾਹਾਂ ਤੇ ਗੋਡਿਆਂ ਤੱਕ ਲੱਤਾਂ ਲਿਬੜੀਆਂ ਰਹਿੰਦੀਆਂ ਸੀ ਤੇ ਸੇਵਾ ਕਰਦੇ ਹੁੰਦੇ ਸੀ ਇੱਦਾਂ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਬੜੇ ਵੱਡੇ ਵਿਦਵਾਨ ਹੋ ਤੇ ਤੁਸੀਂ, ਤੁਹਾਨੂੰ ਆਹ ਸੇਵਾ ਦਿੱਤੀ ਕਲਗੀਆਂ ਵਾਲੇ ਨੇ। ਤੇ ਭਾਈ ਸਾਹਿਬ ਨੇ ਕਿਹਾ ਮੈਨੂੰ ਕਲਗੀਆਂ ਵਾਲੇ ਨੇ ਨਹੀਂ ਦਿੱਤੀ, ਮੈਂ ਖੁਦ ਲਈ ਹੈ, ਸ਼ਾਇਦ ਇਸ ਕਰਕੇ ਵੀ ਵਿਦਵਾਨ ਇਨਸਾਨ ਜਿਹੜਾ ਉਹਦੇ ਮਨ 'ਚ ਹੰਕਾਰ ਨਹੀਂ ਆਉਣਾ ਚਾਹੀਦਾ, ਉਹਨੂੰ ਵੀ ਸੰਗਤ ਦੇ ਵਿੱਚ ਰਹਿ ਕੇ ਸੰਗਤ ਦੀ ਸੇਵਾ ਕਰਨੀ ਚਾਹੀਦੀ। ਤੇ ਜਦੋਂ ਕਿਸੇ ਨੇ ਕਹਿਣਾ ਵੀ ਕਲਗੀਆਂ ਵਾਲੇ ਨੂੰ ਵਿਦਵਾਨਾਂ ਦੀ ਸ਼ਾਇਦ ਕਦਰ ਨਹੀਂ, ਤੇ ਭਾਈ ਸਾਹਿਬ ਨੇ ਕਹਿਣਾ ਵੀ ਜਿਹੜਾ ਕਲਗੀਆਂ ਵਾਲਾ 52 ਕਵੀਆਂ ਨੂੰ ਆਪਣੇ ਸਿਰ ਦੇ ਉੱਤੇ ਬਿਠਾ ਕੇ ਬੈਠਾ, ਇਹਦੇ ਤੋਂ ਜ਼ਿਆਦਾ ਹੋਰ ਕਿੰਨੀ ਕਦਰ ਕਰੇ। ਤੇ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਪੂਰੀ ਜ਼ਿੰਦਗੀ ਦਾ ਟਾਈਮ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਤੀਤ ਕੀਤਾ। ਉਦੋਂ ਵਿਛੋੜਾ ਪਿਆ ਜਿਸ ਟਾਈਮ ਸਤਿਗੁਰੂ ਜੀ ਦਾ ਪਰਿਵਾਰ ਵਿਛੋੜਾ ਪੈ ਗਿਆ, ਚਮਕੌਰ ਦਾ ਭਾਣਾ ਵਾਪਰ ਗਿਆ, ਸਰਹੰਦ ਦਾ ਭਾਣਾ ਵਾਪਰ ਗਿਆ, ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਆਪਣੇ ਇਲਾਕਿਆਂ ਨੂੰ ਚਲੇ ਗਏ ਸੀ ਉਹਨਾਂ ਦਿਨਾਂ ਦੇ ਵਿੱਚ। ਸਤਿਗੁਰੂ ਨੇ ਤੋੜ ਦਿੱਤੇ ਸੀ ਸਾਰੇ ਸਾਰੇ ਵਿਦਵਾਨ ਸੱਜਣ ਕਵੀ, ਵਿਦਵਾਨਾਂ ਨੂੰ ਮਰਨ ਨਹੀਂ ਦਿੱਤਾ, ਕਮੀਆਂ ਨੂੰ ਬਚਾ ਕੇ ਰੱਖਿਆ, ਵਿਦਵਾਨਾਂ ਨੂੰ ਬਚਾ ਕੇ ਰੱਖਿਆ। ਇਹ ਮੇਰਾ ਬਾਪੂ ਕਲਗੀਆਂ ਵਾਲਾ ਸੀ ਜਿਹਦੀਆਂ ਵਾਕਈ ਵੱਡ ਭਾਗੀਆਂ ਗੁਰਪੁਰਾ ਪਾਈ ਹੈ, ਬੜੇ ਭਾਗਾਂ ਵਾਲੇ ਸਾਨੂੰ ਉਦੋਂ ਦਾ ਗੁਰੂ ਮਿਲਿਆ। ਕਿਉਂ ਵੱਡੀਆਂ ਭਾਗਾਂ ਵਾਲੇ ਆ, ਇੱਕ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਗੱਲ। ਜਿਸ ਟਾਈਮ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨਾ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਬਾਹਰ ਨਿਕਲੇ ਸੀ, ਆ ਗੱਲ ਬਹੁਤ ਧਿਆਨ ਨਾਲ ਸੁਣੀ, ਸੁਣਿਓ ਤੁਸੀਂ ਸਾਰੇ, ਅਸੀਂ ਧੀਆਂ ਪੁੱਤਰਾਂ ਵਾਲੇ ਆ ਤੇ ਸਤਿਗੁਰੂ ਦੇ ਦੋ ਛੋਟੇ ਛੋਟੇ ਬੱਚੇ ਆ ਤੇ ਦੋ ਵੱਡੇ ਆ, ਬਾਬਾ ਅਜੀਤ ਸਿੰਘ ਜੀ ਵੱਡੇ ਨੇ, ਬਾਬਾ ਜੁਝਾਰ ਸਿੰਘ ਜੀ ਛੋਟੇ ਆ, ਬਾਬਾ ਜੋਰਾਵਰ ਸਿੰਘ ਤੀਜੇ ਸਥਾਨ ਤੇ ਆ, ਬਾਬਾ ਫਤਿਹ ਸਿੰਘ ਜੀ ਚੌਥੇ ਸਥਾਨ ਤੇ। ਤੇ ਸਤਿਗੁਰੂ ਜੀ ਦਾ ਜਿਹੜਾ ਕਾਫਲਾ ਸੀ ਨਾ ਉਹਦੇ ਸੈਂਟਰ ਦੇ ਵਿੱਚ ਨਾ ਮਾਵਾਂ ਸੀ, ਬੀਬੀਆਂ ਸਨ ਜਿਨ੍ਹਾਂ ਦੀ ਗੋਦੀ 'ਚ ਛੋਟੇ ਛੋਟੇ ਬੱਚੇ ਸਨ, ਬੱਚਿਆਂ ਵਾਲੀਆਂ ਬੀਬੀਆਂ। ਉਹਦੇ ਤੋਂ ਬਾਅਦ ਜਿਹੜਾ ਜਿਹੜੀ ਦੂਜੀ ਲਾਈਨ ਸੀ ਉਹ ਸੀ ਬਜ਼ੁਰਗਾਂ ਦੀ, ਤੇ ਤੀਜੀ ਲਾਈਨ ਦੇ ਵਿੱਚ ਸੀ ਅੱਧਖੜ, ਤੇ ਚੌਥੀ ਲਾਈਨ ਦੇ ਵਿੱਚ ਸੀ ਨੌਜਵਾਨ ਯੋਧੇ ਜਿਹੜੇ ਤਲਵਾਰ ਪੂਰੀ ਤਨਦੇਹੀ ਨਾਲ ਚਲਾ ਸਕਦੇ ਸਨ, ਯੋਧੇ ਉਹਨਾਂ ਨੇ ਦੁਆਰ ਕੀਤੀ ਹੋਈ ਸੀ। ਤੇ ਹੁਣ ਹੈਰਾਨ ਹੋਇਓ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਦੋਨੋਂ ਵੱਡੇ ਪੁੱਤਰ ਜਿਹੜੇ ਸੀ ਛੋਟੇ ਤੇ ਸੇਫ ਰੱਖੇ ਗਏ, ਕਿਉਂਕਿ ਛੋਟੇ ਸੀ ਤਲਵਾਰ ਨਹੀਂ ਸੀ ਚਲਾ ਸਕਦੇ ਪ੍ਰੋਪਰ ਤੌਰ ਤੇ, ਲੜ ਨਹੀਂ ਸੀ ਸਕਦੇ ਚੰਗੀ ਤਰ੍ਹਾਂ, ਵੱਡੇ ਲੜ ਸਕਦੇ ਸੀ। ਤੇ ਸਤਿਗੁਰੂ ਜੀ ਦੇ ਭਾਈ ਸਾਹਿਬ ਭਾਈ ਉਦੈ ਸਿੰਘ ਤੇ ਆਪਣੇ ਜਿਹੜੇ ਸਾਹਿਬਜ਼ਾਦੇ ਸਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ, ਉਹਨਾਂ ਨੂੰ ਪਤਾ ਕੀ ਕਿਹਾ ਜਦੋਂ ਨਾਲ ਨਾਲ ਤੁਰੇ ਜਾ ਰਹੇ ਸੀ? ਤੇ ਸਤਿਗੁਰੂ ਨੇ ਕਿਹਾ ਵੀ ਜਿਹੜਾ ਜਿਹੜਾ ਵਹੀਰ ਹੈ ਜਿਹੜਾ ਸਾਡਾ ਕਾਫਲਾ ਹੈ ਉਹਦੀ ਰੱਖਿਆ ਪਿੱਛੋਂ ਕਰਨੀ ਹੈ, ਪਿਛਲੇ ਪਾਸਿਓਂ ਕੋਈ ਹਮਲਾ ਕਰ ਸਕਦਾ ਤੇ ਕਿੱਦਾਂ ਕਰੋ? ਕਹਿੰਦੇ ਆਪਣੇ ਦੋਨਾਂ ਬੱਚਿਆਂ ਨੂੰ ਸਤਿਗੁਰੂ ਨੇ ਕਿਹਾ ਪੁੱਤਰੋ ਇੱਕ ਦੀਵਾਰ ਬਣਾ ਲਓ,
ਆਪਣੇ ਬਾਕੀ ਸਿੰਘਾਂ ਨੂੰ ਨਾਲ ਲਓ, ਇੱਕ ਦੀਵਾਰ ਬਣਾ ਲਓ, ਤੁਸੀਂ ਪਿੱਛੇ ਹੋਣੇ ਚਾਹੀਦੇ, ਮੂਹਰੇ ਨਹੀਂ, ਕਿਉਂਕਿ ਪਿਛਲੇ ਪਾਸਿਓਂ ਹਮਲਾ ਹੋਣਾ। ਜੇਕਰ ਤੁਸੀਂ ਮੂਹਰੇ ਆਏ ਹੋ, ਜੇ ਪਿਛਲੇ ਪਾਸਿਓਂ ਹਮਲਾ ਹੁੰਦਾ ਤੇ ਪਿਛਲੇ ਪਾਸਿਓਂ ਬਹੁਤ ਸਾਰੀਆਂ ਜਾਨਾਂ ਜਾ ਸਕਦੀਆਂ ਨੇ, ਤੇ ਮੈਂ ਕਦੇ ਇਹ ਬਰਦਾਸ਼ਤ ਨਹੀਂ ਕਰਾਂਗਾ ਕਿ ਮੇਰੇ ਪੁੱਤਰ ਜਿਹੜੇ ਨੇ ਉਹ ਲੁਕ ਜਾਣ ਤੇ ਮੇਰੇ ਸਿੱਖ ਜਿਹੜੇ ਨੇ ਉਹ ਆਪਣੀਆਂ ਜਾਨਾਂ ਗਵਾ ਦੇਣ। ਜੇਕਰ ਪਹਿਲਾਂ ਮੌਤ ਹੋਵੇ ਤੇ ਤੁਹਾਡੀ ਹੋਵੇ, ਜੇਕਰ ਪਹਿਲਾਂ ਸੀਨੇ 'ਚ ਤਲਵਾਰ ਵੱਜੇ, ਨੇਜਾ ਵੱਜੇ, ਗੋਲੀ ਲੱਗੇ ਤੇ ਤੁਹਾਡੇ ਲੱਗਣੀ ਚਾਹੀਦੀ ਹੈ। ਇਹ ਨਾ ਸਮਝੋ ਇਹ ਗੱਪਾਂ ਨੇ, ਇਤਿਹਾਸ ਹੈ ਵੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਉਹ ਜਿਹੜਾ ਕਾਫਲਾ ਸੀ, ਕਈ ਹਜ਼ਾਰ ਦਾ ਕਾਫਲਾ ਹੋਵੇਗਾ, ਉਸ ਕਾਫਲੇ ਨੂੰ ਬਚਾਉਣ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਬੱਚਿਆਂ ਨੂੰ ਪਿਛਲੇ ਪਾਸੇ ਰੱਖਿਆ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਭਾਈ ਉਦੈ ਸਿੰਘ ਜੀ ਜਿਹੜੇ ਸਰਸਾ ਨਦੀ ਦੇ ਕੰਢੇ ਤੇ ਹੀ ਚੜ੍ਹਾਈ ਕਰ ਗਏ ਸੀ, ਸ਼ਹੀਦ ਹੋ ਗਏ ਸੀ, ਸਤਿਗੁਰੂ ਨੇ ਪਛਾਣ ਉਹਨਾਂ ਨੂੰ ਕੀਤਾ। ਔਰ ਸੱਚ ਹੈ ਕਿ ਜਿਸ ਟਾਈਮ ਹਮਲਾ ਹੋਇਆ, ਤੁਸੀਂ ਚਾਰ ਸਾਹਿਬਜ਼ਾਦੇ ਮੂਵੀ ਵੀ ਦੇਖ ਲਓ, ਜਿਸ ਟਾਈਮ ਹਮਲਾ ਹੋਇਆ ਤੇ ਸਭ ਤੋਂ ਜ਼ਿਆਦਾ ਲੜਨ ਵਾਲੇ ਦੋਨੋਂ ਬੱਚੇ ਸੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜਿਹੜੇ ਪਲੈਨਿੰਗ ਕਰਦੇ ਸੀ ਪਿਛਲੇ ਪਾਸੇ ਹੋ ਕੇ ਬਚਾਉਂਦੇ ਸੀ, ਗਾਂਹ ਚਲ ਜਾਓ, ਗਾਂਹ ਚਲ ਜਾਓ, ਗਾਂਹ ਚਲ ਜਾਓ, ਭਾਵੇਂ ਸਿੱਖ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ, ਆਪਾਂ ਨੂੰ ਸੇਫ ਰੱਖੀਏ, ਪਰ ਉਹ ਕਹਿੰਦੇ ਸੀ ਸਾਡੀ ਜਾਨ ਚਲੀ ਜਾਏ ਕੋਈ ਸਾਨੂੰ ਡਰ ਨਹੀਂ, ਸ਼ਿਕਵਾ ਨਹੀਂ। ਪਰ ਆਪਾਂ ਨਹੀਂ ਚਾਹੁੰਦੇ ਕਿ ਅਸੀਂ ਡਰ ਕੇ ਅਗਾਂਹ ਚਲੇ ਜਾਈਏ ਕਿ ਪਿੱਛੋਂ ਸਾਡੇ ਸਿੱਖ ਭਰਾ ਜਿਹੜੇ ਨੇ ਉਹ ਮਾਰੇ ਜਾਣ। ਆਖੋ ਸਤਨਾਮ। ਤੇ ਇਹ ਮੇਰੇ ਬਾਪੂ ਕਲਗੀਆਂ ਵਾਲੇ ਦਾ ਕਿੱਡਾ ਵੱਡਾ ਦਿਲ ਹੋਵੇਗਾ ਕਿ ਆਪਣੇ ਬੱਚਿਆਂ ਨੂੰ ਨਹੀਂ ਬਚਾਇਆ, ਆਪਣੀ ਕੌਮ ਦੀ ਗੱਲ ਕੀਤੀ। ਬਚਾ ਸਕਦੇ ਸੀ ਉਹ, ਤਾਂ ਹੀ ਕਿਹਾ ਨਾ ਵੱਡੇ ਭਾਗੀ ਗੁਰਪੁਰ। ਆਪਾਂ ਬਹੁਤ ਜ਼ਿਆਦਾ ਵੱਡੀਆਂ ਭਾਗਾਂ ਵਾਲੇ, ਵੱਡੇ ਭਾਗੀ ਗੁਰਪੁਰਾ ਪਾਈ ਹੈ, ਬਹੁਤ ਕਰਮਾਂ ਵਾਲੇ ਆ ਅਸੀਂ ਕਿ ਸਾਨੂੰ ਸਤਿਗੁਰ ਨੇ ਸਾਰਾ ਕੁਝ ਹੀ ਆਪਣਾ ਦੇ ਦਿੱਤਾ। ਇੱਕ ਕਵੀ ਦੀ ਮੈਂ ਗੱਲ ਕਹਿਣ ਲੱਗਾ, ਉਹਨੇ ਬੜੀ ਸੋਹਣੀ ਇਹ ਗੱਲ ਆਖੀ। ਉਹਨੇ ਲਿਖਿਆ, ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਗੱਲ ਹੋਈ ਨਾ, ਖੰਡੇ ਕੀ ਪਹੁਲ ਦੀ ਗੱਲ ਹੋਈ, ਤਾਂ ਉਸ ਟਾਈਮ ਸਤਿਗੁਰ ਨੇ ਕਿਹਾ ਸੀ, ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ, ਕਹੋ ਦਇਆ ਸਿੰਘ ਸੁਣੋ ਦਇਆ ਸਿੰਘ, ਜੋ ਜੋ ਭੇਟਾ ਮੈਂ ਚੜਾਉਂਗਾ। ਜਿਸ ਕਵੀ ਨੇ ਗੱਲ ਕੀ, ਬੜੀ ਕਮਾਲ ਦੀ ਗੱਲ ਲਿਖੀ ਹੋਵੇ, ਪਿਤਾ ਕਟਵਾ ਕੇ ਪਹਿਲੇ ਖੂਨ ਕੀ ਖਲਾਈ ਹੋਲੀ, ਪਹਿਲਾਂ ਆਪਣਾ ਪਿਤਾ ਦਿੱਤਾ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਵੈਸੀ ਹੋਲੀ ਖੂਨ ਕੀ ਬੇਟੋ ਕੇ ਖੂਨ ਸੇ ਖਿਲਾਉਂਗਾ। ਔਰ ਆਉਣ ਵਾਲੇ ਸਮੇਂ 'ਚ ਜੇ ਆਪਣੇ ਬੱਚੇ ਵੀ ਵਾਰਨੇ ਪਏ, ਮੈਂ ਕੌਮ ਦੀ ਖਾਤਰ ਵਾਰ ਦੇਵਾਂਗਾ, ਪੰਥ ਦੀ ਖਾਤਰ ਵਾਰ ਦੇਵਾਂਗਾ। ਤੇ ਫਿਰ ਆਪਾਂ ਵੱਡਿਆਂ ਭਾਗਾਂ ਵਾਲੇ ਹੋਏ ਨਾ। ਅੱਜ ਦੇ ਨਕਲੀ ਗੁਰੂਆਂ ਤੋਂ ਤਾਂ ਸੌ ਗੁਣਾ ਨਹੀਂ, ਹਜ਼ਾਰ ਨਹੀਂ, ਲੱਖਾਂ ਨਹੀਂ, ਅਰਬਾਂ ਖਰਬਾਂ ਗੁਣਾ ਚੰਗੇ ਸਨ ਸਾਡੇ ਸਤਿਗੁਰੂ, ਕਿ ਉਹ ਆਲੀ ਸ਼ਾਨ ਮੁਨਾਰਿਆਂ 'ਚ ਰਹਿਣ ਵਾਲੇ ਨਹੀਂ ਸਨ, ਸਾਡੇ ਵਿੱਚ ਵਿਚਰਨ ਵਾਲੇ ਸਨ। ਤੇ ਸਾਨੂੰ ਸਾਰਾ ਕੁਝ ਉਹਨਾਂ ਨੇ ਦਿੱਤਾ, ਸਾਰਾ ਕੁਝ ਦੇ ਕੇ ਆਖਿਰਕਾਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਪੰਥ ਦਾ ਸੇਵਾਦਾਰ ਬਣ ਕੇ ਰਹਿਣਾ ਚਾਹੁੰਦਾ। ਇਸ ਕਰਕੇ ਆਪਾਂ ਵੱਡੀਆਂ ਭਾਗਾਂ ਵਾਲੇ ਹਾਂ।